जी लगातार किसान अंदोलन की तस्वीरें ताड़े तक पहुँचा रहे हैं तो वख-वख शख्सियतां जो रूबरू होंदी है स्टेज दे राही किसानां दे नाल होर किसान वीरां दे नाल आके मिलते हैं। कोशिश करते जरूर अकाल चैनल राही ताड़े तक पहुँचाइए। गवी चहल पंजाबी जो कि एक फिल्म सितारे ने वो इस टाइम मौजूद ने और किसान अंदोलन च पहुँचे ने, उन्होंने नाल गलबात करते हैं। जी वाहिगुरू जी का खालसा वाहिगुरू जी की फतेह। वाहिगुरू जी की फतेह। हाँ जी लगातार तीन चार वारी गवी चहल की हाजरी लग चुकी है, स्टेज पर भी तुम आए हो, स्पीच भी दी है, बड़ी दमदार स्पीच से उन्हें कहा कि भाई एक किसान के पुत वांगो तुम कहते हो आए हो कि सैलीब्रिटी नहीं किसान के पुत वांगो, अंदरों एक की दर्द महसूस करते हो कि जो खिच बना रहे इतने आने की? मैं आप नहीं समझ जी भी वह कि अंदरों एक मैं लगता पंजाबी का खून जो अपने परिवार के उत्ते कोई संकट आ मैं लगता हर एक मैंबर का खून खौलता। सो मैं सोशल मीडिया के उत्ते मैं पहला थोड़ा जहा फिजिकली अनवेल सीगा, मैं नहीं आ सकिया। जो मैं पहली बारी आया जो मैं एंटर किया लूं कंडे खड़े हो गए। सो मतलब अजही मिसाल इतिहास दोहराया जा रहा, किताबों के आप अपने सिखी इतिहास में पंजाबियों के इतिहास में पढ़िया। सो कई बारी आप सोचते सी यार वाकई इन्नी शक्ति सी साढ़े गुरुआ दे विच जां जिहड़े उह योधे होए सीगे वी उह इदां अजिहियां मुश्किल भरिया हालतां दे विच मुकाबला करदे सीगे, पर इत्थे आके उह सारियां चीज़ां यकीन च बदल गईयां। जिस तरीके दे नाल सारे नौजवान छड्डो तुसीं बजुर्ग भैण भरा माँ प्यो लगे हुए ने गे, है ना जी। सो माण महसूस हुंदा कि मैं अज इस इतिहास का एक हिस्सा बने। किसान वीरां नाल मिले हो, गलबात की है, कि लगता कि पो का महीना शुरू हो गया, एक पासे शहीदी दिहाड़े भी चलते पे है, हौसले लगता है अडिग रहनगे क्योंकि संघर्ष जिस तरीके लग रहा है। कॉल दो दिन की हुई थी 26-27 की जी, पर कभी सोचा भी नहीं कि महीने तक का काम पै जाएगा और हजे भी पता नहीं 31 दिसंबर तक तो सरकार वालों इशारा हैगा कितना कितने, पता नहीं उस तो बाद भी कितना टाइम लगता। की लगता कि हौसले कितने डोलता नहीं? ਇਹ ਕਿਹੜੀ ਗੱਲ ਤੁਸੀਂ ਕਰਤੀ ਜੀ, ਖਾਲਸਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਿਹਾ, ਚੜ੍ਹਦੀ ਕਲਾ 'ਚ ਹੀ ਰਹੂਗਾ। ਸ਼ਹਾਦਤਾਂ ਇਹ ਸਾਰੀਆਂ ਚੀਜ਼ਾਂ ਤਾਂ ਸਾਨੂੰ ਵਿਰਸੇ 'ਚ ਮਿਲੀਆਂ। ਸੋ ਸਰਕਾਰ ਜਿਹੜਾ ਇਹ ਟਾਈਮ ਲੰਬਾ ਪਾ ਰਹੀ ਹੈ, ਸਰਕਾਰ ਨੂੰ ਵੀ ਪਤਾ ਹੈ ਕਿ ਉਹਨੇ ਗਲਤ ਕਾਨੂੰਨ ਪਾਸ ਕਰਤੇ, ਪਰ ਉਹ ਲੰਬਾ ਟਾਈਮ ਪਾ ਰਹੀ ਹੈ ਵੀ ਸ਼ਾਇਦ ਕਿਤੇ ਨਾ ਕਿਤੇ ਸਾਡਾ ਕਿਸਾਨ ਵਰਗ ਇਹ ਟੁੱਟ ਜੂਗਾ। ਸਰਦੀ ਚੱਲ ਰਹੀ ਹੈ, ਕਰੋਨਾ ਚੱਲ ਰਿਹਾ ਹੈਗਾ ਵੀ ਸ਼ਾਇਦ ਉਹ ਇਹਦਾ ਮੁਕਾਬਲਾ ਨਹੀਂ ਕਰ ਸਕਣਗੇ, ਪਰ ਉਹ ਕਮਲਿਆਂ ਨੂੰ ਪਤਾ ਨਹੀਂ ਹੈਗਾ ਵੀ ਤੁਸੀਂ ਕਿਹਨਾਂ ਦੇ ਨਾਲ ਇਹ ਗੱਲ ਕਰ ਰਹੇ ਹੋ। ਤੁਸੀਂ ਸਬਰ ਦੀ ਗੱਲ ਕਰ ਰਹੇ ਹੋ, ਸਬਰ ਤੁਸੀਂ ਸਾਡਾ ਇਤਿਹਾਸ ਫਰੋਲ ਕੇ ਦੇਖੋ ਸਾਡੇ ਵਿਰਸੇ ਦੇ ਵਿੱਚ ਕਿਹੜੇ ਯੋਧੇ ਹੋਏ ਨੇ। ਮੈਂ ਇੱਕ ਨਾ ਹੁਣ ਜੇ ਆਪਾਂ ਸ਼ਹੀਦ ਊਧਮ ਸਿੰਘ ਦੀ ਗੱਲ ਕਰ ਲਈਏ, ਉਹ ਸਬਰ ਤੇ ਕਿੱਥੇ ਜਾ ਕੇ ਉਹਨਾਂ ਨੇ ਆਪਣਾ ਬਦਲਾ ਲਿਆ, ਪੇਸ਼ੈਂਸ ਰੱਖੀ ਹੈ, ਪੇਸ਼ੈਂਸ ਰੱਖੀ, ਉਹੀ ਮੈਂ ਸਬਰ ਦੀ ਗੱਲ ਕਰਦਾ ਨਾ ਕਿੰਨੇ ਸਾਲਾਂ ਦੀ। ਸੋ ਸ਼ਾਇਦ ਸਰਕਾਰ ਅਨਪੜ੍ਹ ਹੈ, ਜਾਂ ਜਦੋਂ ਉਹ ਪੜ੍ਹਨਗੇ ਜਾਂ ਉਹ ਪੜ੍ਹ ਚੁੱਕੇ ਨੇ ਉਹਨਾਂ ਨੂੰ ਪਤਾ ਹੈ, ਪਰ ਕੋਈ ਗੱਲ ਨਹੀਂ, ਡਟੇ ਹੋਏ ਨੇ ਸਾਰੇ ਕਿਸਾਨ ਵੀਰ ਭੈਣ ਭਰਾ, ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ। ਖਾਲਸਾ ਹਮੇਸ਼ਾ ਚੜ੍ਹਦੀ ਕਲਾ 'ਚ ਸੀ, ਹੈ ਅਤੇ ਰਹੂਗਾ। ਕੀ ਲੱਗਦਾ ਕਿ ਕਿਸਾਨ ਜਥੇਬੰਦੀਆਂ ਵੀ ਆਪਣੀ ਪੁਰਜ਼ੋਰ ਕਹਿੰਦੇ ਨਾ ਕਿ ਇੱਕ ਲੀਡਰਸ਼ਿਪ ਜਿਹੜੀ ਹੈ ਲੱਗੀ ਹੋਈ ਹੈ, ਇੱਕ ਦੂਸਰੇ ਦੀ ਸਲਾਹ ਮਸ਼ਵਰੇ ਦੇ ਨਾਲ ਸਾਰੇ ਫੈਸਲੇ ਲੈ ਰਹੇ ਨੇ, ਅੱਗੇ ਕਿੱਦਾਂ ਪਲੈਨਿੰਗ ਹੋ ਰਹੀ ਹੈ, ਮੀਟਿੰਗ ਕਰਨੀ ਹੈ ਕਿ ਨਹੀਂ ਕਰਨੀ, ਤੁਹਾਨੂੰ ਕੀ ਲੱਗਦਾ ਕਿ ਇਸ ਸਮੇਂ ਕਿਸਾਨ ਜਥੇਬੰਦੀਆਂ ਕਿਸ ਤਰੀਕੇ ਦਾ ਕੰਮ ਕਰ ਰਹੀਆਂ? ਸੰਗ ਲੋਕਾਂ ਨੂੰ ਲੋਕ ਜੁੜੇ ਹੋਏ ਨੇ, ਭਰੋਸਾ ਬਣਾ ਰਹੇ ਨੇ, ਕਈ ਗਲਤੀਆਂ ਹੋਈਆਂ ਵੀ ਲੋਕਾਂ ਨੇ ਮਾਫ਼ ਵੀ ਕੀਤਾ, ਯਾਨੀ ਕਿ ਇੱਕ ਵੱਡਾ ਦਿਲ ਦਿਖਾ ਕੇ ਇੱਕ ਵੱਡਾ ਦਰਜਾ ਔਰ ਭਰੋਸਾ ਦਿਖਾ ਰਹੇ ਆ ਲੀਡਰਸ਼ਿਪ ਦੇ ਉੱਪਰ। ਤੁਹਾਨੂੰ ਕੀ ਲੱਗਦਾ ਕਿ ਕੀ ਇਸ ਤਰੀਕੇ ਲੀਡਰਸ਼ਿਪ ਸਹੀ ਕੰਮ ਕਰ ਰਹੀ ਹੈ, ਜਾਂ ਕੀ ਗੱਲਬਾਤ ਸਾਨੂੰ ਜਾਰੀ ਰੱਖਣੀ ਚਾਹੀਦੀ ਹੈ ਸਰਕਾਰ ਨਾਲ, ਜਾਂ ਇਰਾਦੇ ਦੀ ਗੱਲ 'ਤੇ ਜਿਹੜਾ ਅਡਿਗ ਰਹਿਣਾ ਚਾਹੀਦਾ ਕਿ ਬਈ ਇਰਾਦੀ ਹੋਣੇ ਚਾਹੀਦੇ, ਕਿਉਂਕਿ ਯੈਸ ਔਰ ਨੋ ਦੇ ਤਖਤੀਆਂ 'ਤੇ ਲਾ ਦਿਆ ਹੈ ਕਿਸਾਨ? ਨਹੀਂ ਦੇਖੋ ਜੀ, ਕਾਨੂੰਨ ਬਿਲਕੁਲ ਰੱਦ ਹੋਣੇ ਚਾਹੀਦੇ ਨੇ, ਕਿਉਂਕਿ ਸਰਕਾਰ ਵੱਲੋਂ ਉਹ ਇੱਕ ਲੂਪ ਹੋਲ ਹੁੰਦਾ ਵੀ ਇੱਕ ਛੋਟੀ ਜਿਹੀ ਮੋਰੀ ਰੱਖ ਲਈਏ ਤਾਂ ਕਿ ਕੱਲ੍ਹ ਨੂੰ ਉਹਦੇ ਜ਼ਰੀਏ ਉਹ ਸਾਰੇ ਆਪਣੇ ਜਿਹੜੇ ਕਾਨੂੰਨ ਨੇ ਉਹ ਇਨਡਾਇਰੈਕਟਲੀ ਵੇ ਦੇ ਨਾਲ ਉਹ ਲਾਗੂ ਕਰ ਦੇਣਗੇ। ਸੋ ਸਾਡੇ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਦੇ ਜਿੰਨੇ ਵੀ ਲੀਡਰ ਨੇ, ਸੋ ਬਹੁਤ ਜ਼ਿਆਦਾ ਜਥੇਬੰਦੀਆਂ ਨੇ, ਬਹੁਤ ਸੂਝਵਾਨ ਨੇ, ਮੈਂ ਤਾਂ ਕਹਿਣਾ ਜੀ ਸਲੂਟ ਕਰਦਾ, ਕਿਉਂਕਿ ਇੰਨੇ ਸ਼ਾਂਤਮਈ ਢੰਗ ਦੇ ਨਾਲ ਇਹ ਮੋਰਚਾ ਸੰਭਾਲਣਾ, ਇਹ ਅੰਦੋਲਨ ਕਰਨਾ ਕਿੰਨੀ ਦੇਰ ਹੋ ਗਈ। ਪੰਜਾਬੀਆਂ ਦਾ ਖੂਨ ਸਾਰੇ ਜਾਣਦੇ ਨੇ ਕਿ ਪੰਜਾਬੀਆਂ ਦਾ ਖੂਨ ਕਿਹਾ ਜਾ ਹੈ, ਜੇ ਕਿਤੇ ਉਹ ਆਪਣੀ ਪੰਜਾਬੀ ਆਈ 'ਤੇ ਆ ਜਾਂਦੇ ਸ਼ਾਇਦ ਹੁਣ ਤੱਕ ਤਾਂ ਕਦੇ ਫੱਟੇ ਚੱਕੇ ਪਏ ਹੋਣੇ ਸੀਗੇ, ਪਰ ਬਹੁਤ ਸ਼ਲਾਘਾਯੋਗ ਗੱਲ ਹੈ ਕਿ ਉਹਨਾਂ ਨੇ ਇੰਨੇ ਸ਼ਾਂਤਮਈ ਢੰਗ ਦੇ ਨਾਲ ਇਸ ਅੰਦੋਲਨ ਨੂੰ ਅੱਜ ਇੱਥੇ ਤੱਕ ਲੈ ਕੇ ਆਏ। ਪਹਿਲਾਂ ਪੰਜਾਬ ਦੇ ਵਿੱਚ ਉਹਨਾਂ ਨੇ ਗਰਾਊਂਡ ਬਣਾਇਆ, ਉਹ ਤੋਂ ਬਾਅਦ ਆਪਣੀ ਗੱਲ ਸਰਕਾਰ ਅੱਗੇ ਰੱਖੀ, ਨਹੀਂ ਮੰਨੀ, ਤਾਂ ਫਿਰ ਸਾਰੇ ਜਾਣੇ ਹੁਣ ਅੱਜ ਦਿੱਲੀ ਆ ਗਏ।
हुण तुसीं इह देख लो सिर्फ अपना पंजाब ही नहीं भारती नहीं पूरी दुनिया नाल जुड़ चुकी है। नहीं बिल्कुल इंटरनेशनल लैवल ते एक प्रेशर जन रहा ताडी एक निजी राय की है कानूनां दे नाल तुसीं किसानी दे नाल कह रहे हो जुड़े हुए हो ताडी निजी तुहानूं की लगदा अपने अंदरों कि बई इहदे नाल की किसानां वास्ते नुकसान जिहड़ा आ घाटे का सौदा क्यों है? घाटे का सौदा देखो हुण उही है कानून सारे नूं पता जे मैं इस नूं अपना की कहिंदे ने डिटेल दे विच जाऊंगा क्योंकि ओह इह जिहड़े व्यापारिक घराने ने ਇਹ ਸਾਰੀ ਜਿਹੜੀ ਆਪਣੀ ਕਿਸਾਨੀ ਹੈ ਫਸਲਾਂ ਨੇ ਸਾਡੀਆਂ ਜ਼ਮੀਨਾਂ ਨੇ ਇਨਡਾਇਰੈਕਟ ਵੇ ਦੇ ਵਿੱਚ ਉਹਨਾਂ ਦੇ ਹੱਥ ਸੌਂਪਣਾ ਚਾਹੁੰਦੇ ਆ। ਇਹ ਕਾਨੂੰਨ ਲਾਈਕ US ਦੇ ਵਿੱਚ ਜਿਹੜੀ ਕਿ ਵਿਕਸਿਤ ਸਭ ਤੋਂ ਵੱਡੀ ਕੰਟਰੀ ਆ ਉੱਥੇ ਵੀ ਇਹ ਲਾਗੂ ਹੋ ਚੁੱਕੇ ਨੇ ਅਤੇ ਫੇਲ ਹੋ ਚੁੱਕੇ ਆ। ਉੱਥੇ ਤਾਂ ਕਿਸਾਨ 100-100 ਕਿੱਲਿਆਂ ਦੇ ਮਾਲਕ ਸੀ, ਆਪਣੇ ਤਾਂ ਬਹੁਤ ਗਿਣਤੀ ਦੇ ਵਿੱਚ 2-3 ਕਿੱਲਿਆਂ ਦਾ ਮਾਲਕ ਹੁੰਦਾ। ਹੁਣ ਉਹ ਕਹਿੰਦੇ ਸਟੋਰ ਕਰ ਲਓ, ਵਿਚਾਰਾ 2-3 ਕਿੱਲੇ ਦਾ ਮਾਲਕ ਕਿਹੜਾ ਸਟੋਰ ਕਰ ਲੂਗਾ? ਕਹਿੰਦੇ ਤੁਸੀਂ ਕਿਤੇ ਜਾ ਕੇ ਕਣਕ ਵੇਚ ਸਕਦੇ ਹੋ, ਝੋਨਾ ਵੇਚ ਸਕਦੇ ਹੋ, ਫਸਲ ਵੇਚ ਸਕਦੇ ਹੋ, ਉਹ ਵਿਚਾਰਾ ਕਿੱਥੇ ਜਾਊਗਾ? ਹੈ ਤੋ ਨਾਲੇ ਮੈਂ ਤਾਂ ਇਹ ਗੱਲ ਕਹਿਣਾਗਾ ਕਿ ਬਹੁ ਗਿਣਤੀ ਦੇ ਵਿੱਚ ਬਹੁਮਤ ਦੇ ਵਿੱਚ ਜਿਨ੍ਹਾਂ ਦੀ ਭਲਾਈ ਦੇ ਲਈ ਤੁਸੀਂ ਕਾਨੂੰਨ ਲਾਗੂ ਕੀਤੇ ਨੇ ਜਦ ਉਹਨਾਂ ਨੂੰ ਪਸੰਦ ਹੀ ਨਹੀਂ ਹੈਗੇ ਤਾਂ ਤੁਸੀਂ ਵਾਪਸ ਲੈ ਲਓ। ਅਤੇ ਇੱਕ ਮੈਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਵਾਪਸ ਲੈ ਲੈਂਦੇ ਹੋ ਇੱਕ ਗੱਲ ਦਾ ਜਵਾਬ ਦੇ ਦਿਓ ਵੀ ਸਰਕਾਰੇ ਤੇਰਾ ਇਹ 'ਚ ਨੁਕਸਾਨ ਕੀ ਹੈ, ਵੀ ਤੁਸੀਂ ਫਾਇਦਾ ਸੋਚਦੇ ਹੋ, ਤੁਸੀਂ ਸਾਡੇ ਫਾਇਦੇ ਦੀ ਕਿਸਾਨ ਭੈਣ ਭਰਾਵਾਂ ਦੇ ਫਾਇਦੇ ਦੀ ਛੱਡ ਦਿਓ, ਤੁਸੀਂ ਇਹ ਦੱਸ ਦਿਓ ਵੀ ਜੇ ਕਾਨੂੰਨ ਲਾਗੂ ਨਹੀਂ ਕੀਤੇ ਤੁਹਾਡਾ ਨੁਕਸਾਨ ਕੀ ਹੈ? ਜੇ ਨੁਕਸਾਨ ਨਹੀਂ ਤਾਂ ਕਾਨੂੰਨ ਲਾਗੂ ਕਿਉਂ ਕਰ ਰਹੇ ਹੋ? ਨੌਜਵਾਨਾਂ ਨੂੰ ਕੀ ਸੇਧ ਦੇਣਾ ਚਾਹੋਗੇ? ਬੜਾ ਯੂਥ ਜਿਹੜਾ ਹੈਗਾ ਤੁਹਾਨੂੰ ਫੋਲੋ ਕਰਦਾ ਹੈਗਾ, ਹੈ ਨਾ, ਕਾਫੀ ਤੁਸੀਂ ਇੱਕ ਸੋਸ਼ਲ ਆਈਕਨ ਦੇ ਤੌਰ ਤੇ ਵੀ ਮੰਨੇ ਜਾਂਦੇ ਹੋ, ਔਰ ਕਲਾਕਾਰਾਂ ਦਾ ਮਕਸਦ ਹੁੰਦਾ ਇੱਕ ਚੰਗਾ ਇੱਕ ਫਰਜ਼ ਹੁੰਦਾ ਕਿ ਇੱਕ ਚੰਗਾ ਲੋਕਾਂ ਨੂੰ ਸੇਧ ਦਿੱਤੀ ਜਾਵੇ। ਹਾਲਾਂਕਿ ਬਾਲੀਵੁੱਡ ਦੇ ਵਿੱਚ ਉਹ ਨਾਂ ਸਿਤਾਰੇ, ਮੈਂ ਨਾਂ ਨਹੀਂ ਲੈਣਾ ਚਾਹਾਂਗਾ ਫੂਕੀ ਪ੍ਰਮੋਸ਼ਨ ਦੇ ਚੱਕਰ 'ਚ, ਉਹ ਗਲਤ ਰੋਲ ਅਦਾ ਕਰ ਰਹੇ ਆ, ਹੈ ਨਾ, ਇੱਕ ਪੂਰੀ ਕਮਿਊਨਿਟੀ ਨੂੰ ਬਦਨਾਮ ਕਰ ਦੇਣਾ, ਐਂਟੀ ਨੈਸ਼ਨਲਿਸਟ ਦਾ ਟੈਗ ਲਗਾ ਦੇਣਾ, ਜਦਕਿ ਇੱਥੇ ਦੇਖੇ ਇੱਥੇ ਨਮਾਜ਼ਾਂ ਵੀ ਪੜ੍ਹੀ ਜਾ ਰਹੀ ਹੈ, ਗੁਰਬਾਣੀ ਦੇ ਪ੍ਰਚਾਰ ਵੀ ਚੱਲ ਰਹੇ, ਸਵੇਰੇ ਇੱਥੇ ਹਵਨ ਵੀ ਹੋ ਰਿਹਾ ਸੀਗਾ, ਪੂਰੇ ਭਾਰਤ ਦੀ ਸਾਂਝੀ ਤਸਵੀਰ ਇੱਥੇ ਦਿਖ ਰਹੀ ਆ। ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਹਜੇ ਤਾਂ ਉਹ ਜੋਸ਼ ਪੂਰਾ ਸੰਭਾਲ ਕੇ ਬੈਠੇ ਆ, ਪੂਰਾ ਹੋਸ਼ ਨਾਲ ਕੰਮ ਲੈ ਰਹੇ ਆ, ਪਰ ਫਿਰ ਵੀ ਇਹ ਸਬਰ ਦਾ ਇੰਤਹਾਮ ਜਾ ਲਿਆ ਜਾ ਰਿਹਾ। ਨਹੀਂ ਬਿਲਕੁਲ ਜੀ, ਮੈਂ ਤਾਂ ਸਲੂਟ ਕਰਦਾ ਜੀ ਸਾਰੇ ਆਪਣੇ ਜਿਹੜਾ ਨੌਜਵਾਨ ਵਰਗ ਹੈ ਸਾਰਿਆਂ ਨੂੰ ਕਿ ਇੰਨੇ ਸਬਰ ਸੰਤੋਖ ਦੇ ਨਾਲ ਉਹਨਾਂ ਨੇ ਇੰਨਾ ਟਾਈਮ ਕੱਢਿਆ। ਸੋ ਮੈਨੂੰ ਪੂਰਾ ਯਕੀਨ ਹੈ ਕਿ ਉਹ ਇਹੀ ਸਬਰ ਬਣਾਈ ਰੱਖਣਗੇ ਕਿਉਂਕਿ ਸਰਕਾਰ ਤਾਂ ਚਾਹੁੰਦੀ ਆ, ਉਹਨਾਂ ਨੂੰ ਵੀ ਪਤਾ ਪੰਜਾਬੀਆਂ ਦਾ ਵੀ ਕਿੰਨੇ ਕਿਹੜੇ ਹੁੰਦੇ ਆ, ਉਹ ਵੀ ਚਾਹੁੰਦੀ ਆ, ਤਾਂ ਕਰਕੇ ਉਹ ਥੋੜ੍ਹੀਆਂ ਥੋੜ੍ਹੀਆਂ ਛੁਰਲੀਆਂ ਛੱਡਦੀਆਂ ਰਹਿੰਦੀਆਂ ਵਿੱਚ, ਕਦੇ ਜਿਵੇਂ ਤੁਸੀਂ ਕਿਹਾ ਮੈਂ ਵੀ ਨਹੀਂ ਨਾਮ ਲੈਣਾ ਚਾਹੁੰਦਾ ਉਹਨਾਂ ਲੋਕਾਂ ਦਾ, ਕਦੇ ਖਾਲਿਸਤਾਨ ਐਵੇਂ ਪ੍ਰਮੋਟ ਨਾ ਕਰੀਏ, ਨਹੀਂ ਅਤੇ ਕਦੇ ਖਾਲਿਸਤਾਨੀ ਮੁੱਦਾ ਜੋੜਤਾ, ਕਦੇ ਕੋਈ ਹੋਰ ਚੀਜ਼ ਜੋੜਤੀ ਤਾਂ ਕਿ ਉਹਨਾਂ ਦਾ ਧਿਆਨ ਭਟਕਾਇਆ ਜਾਵੇ। ਪਰ ਵਾਕਈ ਸਲੂਟ ਹੈ ਸਾਰੇ ਨੌਜਵਾਨ ਵਰਗ ਨੂੰ, ਸਾਰਿਆਂ ਨੂੰ ਜਿੰਨੇ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਨੇ ਜਵਾਬ ਦੇ ਰਿਹਾ ਹੈ ਨਾ, ਟਵਿੱਟਰ 'ਤੇ ਹੀ ਜਵਾਬ ਦੇ ਰਿਹਾ, ਮਤਲਬ ਪੰਜਾਬੀ ਮਤਲਬ ਕਿ ਜਿਹੜੀ ਇਹ ਅੰਦੋਲਨ ਨਾਲ ਮੰਨਦੇ ਹੋ ਕਿ ਜਿਹੜੀ ਇੱਕ ਛੋਟੀ ਮੋਟੀ ਘਾਟ ਸੀਗੀ ਜੀ ਟਵਿੱਟਰ 'ਤੇ ਜਵਾਬ ਦਿੰਦੀ ਉਹ ਬੀਬੀ ਸਿਖਾ ਗਈ, ਉਹ ਤਾਂ ਹੈ ਜੀ, ਉਹ ਤਾਂ ਦੇਖੋ ਆਪਣੇ ਪੰਜਾਬੀ ਤਾਂ ਘੈਂਟ ਸੀਗੇ, ਘੈਂਟ ਹੈਗੇ, ਘੈਂਟ ਰਹਿਣਗੇ। ਸੋ ਜਿਹੜੇ ਭੁਲੇਖੇ ਭੁਲੁੱਖੇ ਜਿਹੇ ਨੇ ਸਰਕਾਰ ਦੇ, ਮੈਂ ਕਹਿੰਦਾ ਸਾਰੇ ਦੂਰ ਕਰਤੇ, ਬਸ ਇੱਦਾਂ ਹੀ ਡਟੇ ਰਹੋ, ਆਪਾਂ ਇੱਦਾਂ ਹੀ ਆਪਣਾ ਸੰਘਰਸ਼ ਨੂੰ ਫਤਿਹ ਹਾਸਲ ਕਰਕੇ ਘਰਾਂ ਨੂੰ ਜਾਵਾਂਗੇ। ਬਿਲਕੁਲ ਜੀ, ਧੰਨਵਾਦ ਜੀ। ਅਖੀਰ 'ਚ ਦੱਸਣਾ ਚਾਹਾਂਗਾ ਮੈਡੀਕਲ ਕੈਂਪ ਵੀ ਅਕਾਲ ਚੈਨਲ ਵੱਲੋਂ ਜੋ ਹੈ ਨਾਲ ਜਿੱਥੇ ਚੈਨਲ ਕਵਰੇਜ ਦਿਖਾਈ ਜਾ ਰਹੀ ਹੈ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ, ਦਵਾਈਆਂ ਦਾ ਸਾਰਾ ਲੰਗਰ ਲੱਗਾ ਜੀ, 1 ਤਰੀਕ ਤੋਂ ਖੁੱਲ੍ਹਾ ਹੀ, ਇਸ ਪਾਸੇ ਫਿਜ਼ੀਓਥੈਰੇਪੀ ਦੀ ਟੀਮ ਹੈਗੀ ਹੈ ਕੰਮ ਕਰ ਰਹੀ ਆ। ਸੋ ਮੈਂ ਜ਼ਰੂਰ ਕਹਾਂ ਮੈਨੂੰ ਅਕਾਲ ਚੈਨਲ ਦੇ ਜਿਹੜੇ ਵੀ ਇਹ ਉਹਨਾਂ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਬਹੁਤ ਚੰਗੀ ਗੱਲ ਹੈ ਜੀ, ਅਤੇ ਆਪਣਾ ਮੱਥਾ ਟੇਕਦਾ ਜੀ ਮੈਂ, ਕਿਉਂਕਿ ਉਹਨਾਂ ਦਾ ਜਿਵੇਂ ਤੁਸੀਂ ਗੱਲ ਕੀਤੀ ਦਵਾਈਆਂ ਦੀ, ਇੱਥੇ ਮਸਾਜ ਵੀ ਦਿੱਤੀ ਜਾ ਰਹੀ ਹੈ ਜਾਂ ਹੋਰ ਵੀ ਜੋ ਵੀ ਚੀਜ਼ਾਂ ਨੇ, ਮੈਂ ਕਹਿੰਦਾ ਜੀ ਅਜੇ ਅੰਦੋਲਨ ਦੇ ਵਿੱਚ ਕੋਈ ਬੰਦਾ ਆਪਣੀ ਹਲਕੇ ਵੀ ਸ਼ਿਰਕਤ ਪਾਵੇ ਬਹੁਤ ਹੁੰਦੀ ਹੈ, ਪਰ ਐਡਾ ਵੱਡਾ ਤੁਹਾਡੇ ਵੱਲੋਂ ਅਕਾਲ ਚੈਨਲ ਵੱਲੋਂ ਇਹ ਉਪਰਾਲਾ ਕਰਨਾ ਜੀ ਸ਼ਲਾਘਾਯੋਗ ਹੈ, ਤਾਂ ਮੇਰੇ ਵੱਲੋਂ ਜੀ ਧੰਨਵਾਦ ਹੈ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਗਵੀ ਚਹਿਲ ਸਾਡੇ ਨਾਲ ਮੌਜੂਦ ਸੀਗੇ, ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ, ਇਸੇ ਤਰੀਕੇ ਤੁਹਾਨੂੰ ਹੋਰ ਵੀ ਜੋ ਹੈ ਅਪਡੇਟ ਕਰਦੇ ਰਹਾਂਗੇ, ਦੇਖਦੇ ਰਹੋ ਅਕਾਲ ਚੈਨਲ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।